May I have your attention, please? ਅੱਜ ਦੇ ਪੰਜਾਬੀ ਮੀਡੀਆ ਐਸੋਸੀਏਸ਼ਨ ਵੱਲੋਂ ਕਰਵਾਏ ਜਾ ਰਹੇ ਸੈਮੀਨਾਰ ਦੇ ਵਿੱਚ ਤੁਸੀਂ ਸਾਡੇ ਸੱਦੇ 'ਤੇ ਪਹੁੰਚੇ ਅਤੇ ਸਾਰੇ ਹੀ ਮਹਿਮਾਨਾਂ ਨੂੰ ਅਸੀਂ ਨਿੱਕੀ ਜੀਆਂ ਆਖਦੇ ਹਾਂ। ਆਪਾਂ ਪ੍ਰੋਗਰਾਮ ਸ਼ੁਰੂ ਕਰਨ ਜਾ ਰਹੇ ਹਾਂ। ਜੋ ਵੀ ਸੱਜਣ ਸਾਡੇ ਹਾਲੇ ਚਾਹ ਪਾਣੀ ਲੈ ਰਹੇ ਨੇ ਜਾਂ ਪਿੱਛੇ ਖੜ੍ਹੇ ਨੇ, ਇਸ ਨੂੰ ਬੇਨਤੀ ਕਰਦੇ ਹਾਂ ਕਿ ਤੁਸੀਂ ਆਪਣੀ ਆਪਣੀ ਸੀਟ 'ਤੇ ਆ ਕੇ ਬੈਠ ਜਾਓ ਤਾਂ ਕਿ ਆਪਾਂ ਅੱਜ ਦਾ ਪ੍ਰੋਗਰਾਮ ਸ਼ੁਰੂ ਕਰ ਸਕੀਏ। ਮੈਂ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਭ ਤੋਂ ਪਹਿਲਾਂ ਬੇਨਤੀ ਕਰਾਂਗਾ ਸਾਡੇ ਅੱਜ ਦੇ ਇਸ ਸੈਮੀਨਾਰ ਦੇ ਮੁੱਖ ਮਹਿਮਾਨ, ਮੁੱਖ ਬੁਲਾਰੇ, ਜੋ ਵਿਸ਼ੇਸ਼ ਤੌਰ ਤੋਂ ਹਿੰਦੁਸਤਾਨ ਤੋਂ ਸਾਡੇ ਪੰਜਾਬੀ ਮੀਡੀਆ ਐਸੋਸੀਏਸ਼ਨ ਵਰਕਰ ਸੱਦੇ ਦਿੱਤੇ ਇੱਥੇ ਐਡਮਿੰਟਨ ਵਿੱਚ ਪਹੁੰਚੇ ਨੇ, ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਡਾਕਟਰ ਹਰੀਸ਼ ਖਰੇ, ਜੋ ਦਾ ਟ੍ਰਿਬਿਊਨ ਗਰੁੱਪ ਦੇ ਐਡੀਟਰ ਚੀਫ ਨੇ, ਤੁਹਾਡੀਆਂ ਜ਼ੋਰਦਾਰ ਤਾੜੀਆਂ ਦੇ ਸਵਾਗਤ ਕਰਾਂਗੇ ਸਟੇਜ ਦਾ ਦੇ ਵਿੱਚ। ਡਾਕਟਰ ਹਰੀਸ਼ ਖਰੇ, ਉਸਦੇ ਨਾਲ ਨਾਲ ਜੋ ਅੱਜ ਦੇ ਪ੍ਰੋਗਰਾਮ ਦੀ ਪ੍ਰਧਾਨਗੀ ਕਰਨਗੇ ਸਾਡੇ ਅਲਬਰਟਾ ਦੇ ਅਤੇ ਐਡਮਿੰਟਨ ਦੇ ਬਹੁਤ ਹੀ ਮਸ਼ਹੂਰ ਹਰਮਨ ਪਿਆਰੇ ਨੇਤਾ, ਜੋ ਲੰਮਾ ਸਮਾਂ NDP ਪਾਰਟੀ ਦੇ MLA ਰਹੇ ਨੇ, ਪਾਰਟੀ ਦੇ ਲੀਡਰ ਰਹੇ ਨੇ, ਉਹ ਅੱਜ ਦੇ ਇਸ ਸੈਮੀਨਾਰ ਦੀ ਪ੍ਰਧਾਨਗੀ ਕਰਨਗੇ। ਤੁਹਾਡੀਆਂ ਜ਼ੋਰਦਾਰ ਤਾੜੀਆਂ ਨਾਲ ਬੇਨਤੀ ਕਰਾਂਗਾ ਡਾਕਟਰ ਰਾਜਪਾਲ ਨੂੰ ਸਟੇਜ 'ਤੇ ਆਉਣ ਦੀ। ਅਲਬਰਟਾ ਦੇ ਵਿੱਚ ਪੰਜਾਬੀ ਭਾਈਚਾਰਾ ਕਾਫੀ ਲੰਬੇ ਸਮੇਂ ਤੋਂ ਰਹਿ ਰਿਹਾ, ਪਰ ਪਿਛਲੇ 15-20 ਸਾਲ ਤੋਂ ਪੰਜਾਬੀ ਮੀਡੀਆ ਦੀ ਇੱਥੇ ਹੋਂਦ ਸ਼ੁਰੂ ਹੋਈ। ਪਹਿਲਾਂ ਇੱਕ ਅਖਬਾਰ ਏਸ਼ੀਅਨ ਟਾਈਮਸ, ਫਿਰ ਹੋਰ ਵੱਖ ਵੱਖ ਅਖਬਾਰਾਂ ਨੇ ਕੀਤਾ, ਉਹ ਤੋਂ ਪਹਿਲਾਂ ਰੇਡੀਓ ਸਟੇਸ਼ਨ ਵੱਖ ਵੱਖ ਚੱਲਦੇ ਸਨ, ਰੇਡੀਓ ਦੇਸ਼ ਪੰਜਾਬ, ਰੇਡੀਓ ਸੁਰ ਸੰਗਮ ਅਤੇ ਹੋਰ ਵੱਖ ਵੱਖ ਅਦਾਰੇ ਜੋ ਇੱਥੋਂ ਦੇ ਭਾਈਚਾਰੇ ਦੀ ਸੇਵਾ ਕਰ ਰਹੇ ਸਨ। ਉਸਦੇ ਨਾਲ ਨਾਲ ਜਿਸ ਤਰ੍ਹਾਂ ਇੱਥੇ ਪੰਜਾਬੀ ਭਾਈਚਾਰੇ ਦੀ ਆਮਦ ਵਧਦੀ ਗਈ, ਇੱਥੇ ਆਬਾਦੀ ਵਧਦੀ ਗਈ, ਉਸੇ ਹੀ ਤਰ੍ਹਾਂ ਇੱਥੇ ਵੱਖ ਵੱਖ ਮੀਡੀਆ ਵੀ ਹੋਣ ਦੇ ਵਿੱਚ ਆਉਂਦਾ ਗਿਆ ਅਤੇ ਮੀਡੀਆ ਵੱਧਦਾ ਗਿਆ। ਇਸੇ ਕਰਕੇ ਹੀ 2007 ਦੇ ਵਿੱਚ ਜੋ ਜਿੰਨੇ ਵੀ ਪੰਜਾਬੀ ਮੀਡੀਆ ਨੂੰ ਇੱਥੇ ਰਨ ਕਰਦੇ ਨੇ ਉਹਨਾਂ ਵੱਲੋਂ ਇੱਕ ਐਸੋਸੀਏਸ਼ਨ ਬਣਾਈ ਗਈ ਜਿਸ ਦਾ ਨਾਂ ਰੱਖੇਗਾ ਪੰਜਾਬੀ ਮੀਡੀਆ ਐਸੋਸੀਏਸ਼ਨ ਆਫ ਅਲਬਰਟਾ। ਇਸ ਐਸੋਸੀਏਸ਼ਨ ਦੇ ਵੱਲੋਂ ਪਿਛਲੇ ਲੰਮੇ ਸਮੇਂ ਦੇ ਵਿੱਚ ਵੱਖ ਵੱਖ ਸੈਮੀਨਾਰ ਕਰਵਾਏ ਗਏ ਨੇ, ਵੱਖ ਵੱਖ ਫੂਡ ਬੈਂਕ ਵਾਸਤੇ ਸਮਾਰੋਹ ਕਰਵਾਏ ਗਏ ਨੇ, ਗੁਰੂ ਨਾਨਕ ਦੇਵ ਜੀ ਗਾਰਡਨ ਵਾਸਤੇ ਪ੍ਰੋਗਰਾਮ ਕੀਤੇ ਗਏ ਨੇ ਅਤੇ ਹੋਰ ਵੀ ਕਈ ਸਮੇਂ ਸਮੇਂ 'ਤੇ ਵਿਸ਼ੇਸ਼ ਉਪਰਾਲੇ ਕੀਤੇ ਜਾਂਦੇ ਰਹੇ ਨੇ ਜਿਸ ਦੇ ਨਾਲ ਇੱਥੇ ਵੱਸਦੇ ਲੋਕਾਂ ਨੂੰ ਅਤੇ ਹਿੰਦੁਸਤਾਨ ਵਿੱਚ ਕੀ ਹੋ ਰਿਹਾ, ਕੈਨੇਡਾ ਵਿੱਚ ਕੀ ਹੋ ਰਿਹਾ, ਉਹ ਇਨਫੋਰਮੇਸ਼ਨ ਦੇਣ ਦੇ ਵਿੱਚ ਅਸੀਂ ਕੰਮ ਕਰਦੇ ਰਹੇ ਹਾਂ। ਜੋ ਸਾਲਾਨਾ ਸੈਮੀਨਾਰ ਕਰਵਾਇਆ ਜਾਂਦਾ ਜਿਸ ਦੇ ਵਿੱਚ ਪਹਿਲਾਂ ਆਪਾਂ ਕਈ ਸੈਮੀਨਾਰ ਕਰਵਾਏ ਜਿਸ ਦੇ ਤੁਸੀਂ ਸਾਰੇ ਹਾਜ਼ਰ ਸੀ, ਪੰਜਾਬ ਤੋਂ, ਹਿੰਦੁਸਤਾਨ ਤੋਂ ਵੱਖ ਵੱਖ ਮੁੱਖ ਬੁਲਾਰੇ ਸੱਦ ਕੇ ਇਹ ਪ੍ਰੋਗਰਾਮ ਕਰਦੇ ਰਹੇ ਹਾਂ। ਉਸੇ ਹੀ ਲੜੀ ਤਹਿਤ ਅੱਜ ਇਹ ਪ੍ਰੋਗਰਾਮ ਕੀਤਾ ਜਾ ਰਿਹਾ ਜਿਸ ਦੇ ਵਿੱਚ ਇਹ ਦੱਸਦੇ ਨੂੰ ਬਹੁਤ ਖੁਸ਼ੀ ਹੋ ਰਹੀ ਆ ਕਿ ਜੋ ਉੱਤਰੀ ਭਾਰਤ ਦਾ ਬਹੁਤ ਵੱਡਾ ਗਰੁੱਪ ਹੈ ਦਾ ਟ੍ਰਿਬਿਊਨ ਗਰੁੱਪ, ਉਸਦੇ ਐਡੀਟਰ ਇਨ ਚੀਫ ਡਾਕਟਰ ਹਰੀਸ਼ ਖਰੇ ਆਪਣੇ ਵਿੱਚ ਬਿਰਾਜਮਾਨ ਨੇ। ਡਾਕਟਰ ਹਰੀਸ਼ ਖਰੇ ਨੂੰ ਆਪਾਂ ਸਾਰੇ ਜਾਣਦੇ ਹਾਂ, ਜਦੋਂ ਇਹਨਾਂ ਦੇ ਨਾਮ ਵਾਸਤੇ ਅਸੀਂ ਫਾਈਨਲ ਕੀਤਾ ਪੰਜਾਬੀ ਮੀਡੀਆ ਐਸੋਸੀਏਸ਼ਨ ਮੀਟਿੰਗ ਦੇ ਵਿੱਚ ਅਤੇ ਇਹਨਾਂ ਨੂੰ ਬੇਨਤੀ ਕੀਤੀ, ਬਹੁਤ ਬਿਜ਼ੀ ਸਨ, ਆਪਾਂ ਸਾਰੇ ਜਾਣਦੇ ਹਾਂ ਕਿ ਐਡਾ ਵੱਡਾ ਗਰੁੱਪ ਆ, ਇਹਨਾਂ ਨੂੰ ਮਿਲਣ ਵਾਸਤੇ ਚੀਫ ਸੈਕਟਰੀ ਸਾਹਿਬ, ਮੁੱਖ ਮੰਤਰੀ ਸਾਹਿਬ ਅਤੇ ਹੋਰ
ਜੋ ਬਹੁਤ ਵੱਡੇ ਅਹੁਦੇ ਨੇ ਉਹ ਟਾਈਮ ਲੈਂਦੇ ਨੇ, ਰਜੇਵਿਆਂ ਕਰਕੇ ਟਾਈਮ ਨਹੀਂ ਦਿੰਦੇ, ਸਾਨੂੰ ਵੀ ਕਾਫੀ ਸਮਾਂ ਲੱਗ ਗਿਆ ਉਹਨਾਂ ਦਾ ਟਾਈਮ ਲੈਣ ਲਈ, ਪਰ ਤੁਸੀਂ ਸਾਡੀ ਬੇਨਤੀ ਮੰਨ ਕੇ ਆਏ ਹੋ। ਡਾਕਟਰ ਹਰੀਸ਼ ਕਰ ਦੇ ਸਨਮਾਨ ਵਿੱਚ ਜ਼ੋਰਦਾਰ ਤਾੜੀਆਂ ਸਵਾਗਤ ਜੀ ਤੁਹਾਡਾ। ਬਹੁਤ ਸਾਰੇ ਸੱਜਣਾਂ ਦਾ ਟ੍ਰਿਬਿਊਨ ਗਰੁੱਪ ਬਾਰੇ ਜਾਣਦੇ ਨੇ ਅਤੇ ਨਾਲ ਦੀ ਨਾਲ ਡਾਕਟਰ ਹਰੀਸ਼ ਕਰੇਵਾਲ ਸਾਹਿਬ ਵੀ ਜਾਣਦੇ ਹਨ, ਬਟ ਅੱਜ ਸਾਡੇ ਇਸ ਸੈਮੀਨਾਰ ਦੇ ਵਿੱਚ ਮੁੱਖ ਮਹਿਮਾਨ ਦੇ ਤੌਰ 'ਤੇ ਪਹੁੰਚੇ ਨੇ। ਮੈਂ ਡਾਕਟਰ ਸਾਹਿਬ ਬਾਰੇ ਥੋੜ੍ਹੀ ਬਰੀਫ ਜਾਣਕਾਰੀ ਦੇਣੀ ਚਾਹੁੰਦਾ ਕਿ ਡਾਕਟਰ ਹਰੀਸ਼ ਖਰੇ ਇੱਕ ਸੀਨੀਅਰ ਪੱਤਰਕਾਰ ਨੇ, ਮੰਨੇ ਪ੍ਰਮੰਨੇ ਪੱਤਰਕਾਰ ਨੇ, ਜਿਹੜੇ ਅੱਜ ਕੱਲ੍ਹ ਉੱਤਰੀ ਭਾਰਤ ਦੇ ਸਿਰਮੌਰ ਅਖਬਾਰ ਸਮੂਹ ਦਾ ਟ੍ਰਿਬਿਊਨ ਗਰੁੱਪ ਦੇ ਐਡੀਟਰ ਇਨ ਚੀਫ ਹਨ। ਉਹ ਇਸ ਅਹੁਦੇ 'ਤੇ 2015 ਤੋਂ ਸੇਵਾ ਨਿਭਾ ਰਹੇ ਹਨ, ਪਰ ਡਾਕਟਰ ਹਰੀਸ਼ ਖਰੇ ਪਿਛਲੇ 3 ਦਹਾਕਿਆਂ ਤੋਂ ਪੱਤਰਕਾਰਤਾ ਦੇ ਖੇਤਰ 'ਚ ਸਰਗਰਮ ਹਨ। ਉਹਨਾਂ ਨੂੰ ਡਾਕਟਰ ਸਾਹਿਬ ਨੇ ਪੱਤਰਕਾਰ ਵਜੋਂ, ਕਮੈਂਟੇਟਰ ਵਜੋਂ, ਪਬਲਿਕ ਪਾਲਸੀ ਵਿਸ਼ਲੇਸ਼ਣ ਅਤੇ ਅਕੈਡਮਿਕ ਖੋਜੀ ਵਜੋਂ ਕੰਮ ਕਰਨ ਦਾ 30 ਸਾਲ ਦਾ ਤਜਰਬਾ ਰੱਖਦੇ ਨੇ। ਸਾਨੂੰ ਮਾਣ ਹੈ ਕਿ ਅੱਜ ਸਾਡੇ ਵਿਚਕਾਰ ਨੇ। ਇਹਨਾਂ ਨੇ ਦਾ ਹਿੰਦੂ, ਦਾ ਟਾਈਮਜ਼ ਆਫ ਇੰਡੀਆ ਅਤੇ ਹਿੰਦੁਸਤਾਨ ਟਾਈਮਜ਼ ਵਰਗੇ ਅਖਬਾਰਾਂ ਦੇ ਵੱਡੇ ਅਖਬਾਰਾਂ ਵਿੱਚ ਵੀ ਕੰਮ ਕੀਤਾ। ਇਸ ਤੋਂ ਇਲਾਵਾ ਉਹਨਾਂ ਨੇ ਵੱਖ ਵੱਖ ਭਾਰਤੀ ਅਤੇ ਵਿਦੇਸ਼ੀ ਅਖਬਾਰਾਂ, ਮੈਗਜ਼ੀਨਾਂ ਅਤੇ ਹੋਰ ਵੱਖ ਵੱਖ ਸਾਧਾਂ ਦੇ ਵਿੱਚ ਆਪਣੇ ਲੇਖ ਲਿਖੇ ਨੇ ਅਤੇ ਹਿੰਦੁਸਤਾਨ ਬਾਰੇ ਵੱਖ ਵੱਖ ਕਰੰਟ ਟੌਪਿਕ ਬਾਰੇ ਜਾਣਕਾਰੀ ਦਿੰਦੇ ਰਹੇ ਨੇ, ਜੋ ਇਹਨਾਂ ਦੇ ਲੇਖ ਜਿਹੜੇ ਨੇ ਬਹੁਤ ਹੀ ਮਕਬੂਲ ਅਤੇ ਬਹੁਤ ਵੱਡੇ ਪੱਧਰ 'ਤੇ ਪੜ੍ਹੇ ਜਾਂਦੇ ਹਨ। ਡਾਕਟਰ ਸਾਹਿਬ ਡਾਕਟਰ ਹਰੀਸ਼ ਖਰੇ ਲੰਮਾ ਸਮਾਂ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਦੇ ਮੀਡੀਆ ਐਡਵਾਈਜ਼ਰ ਰਹੇ ਨੇ ਅਤੇ ਬਹੁਤ ਅਹਿਮ ਢੰਗ ਨਾਲ ਜ਼ਿੰਮੇਵਾਰੀ ਨਿਭਾਉਂਦੇ ਰਹੇ ਨੇ ਉਹਨਾਂ ਦੇ ਨਾਲ, ਅਤੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਫੈਲੋ ਵੀ ਰਹੇ ਨੇ। ਇਹਨਾਂ ਨੇ ਰਾਜਨੀਤੀ ਸ਼ਾਸਤਰ ਵਿੱਚ ਯੇਲ ਯੂਨੀਵਰਸਿਟੀ USA ਤੋਂ PhD ਕੀਤੀ ਹੈ ਅਤੇ 2014 ਦੀਆਂ ਲੋਕ ਸਭਾ ਚੋਣਾਂ ਉੱਪਰ ਇਹਨੇ ਇੱਕ ਕਿਤਾਬ ਵੀ ਲਿਖੀ ਆ ਅਤੇ ਹੋਰ ਬਹੁਤ ਲੰਬੀ ਲਿਸਟ ਆ ਇਹਨਾਂ ਦੀਆਂ ਪ੍ਰਾਪਤੀਆਂ। ਜਦੋਂ ਆਪਾਂ ਦਾ ਟ੍ਰਿਬਿਊਨ ਗਰੁੱਪ ਦਾ ਨਾਮ ਆਪਣੇ ਜ਼ਿਹਨ 'ਚ ਆਉਂਦਾ ਤਾਂ ਇੱਕ ਬੈਲੈਂਸ, ਇੱਕ ਨਿਰਪੱਖ ਅਤੇ ਇੱਕ ਨਿੱਗਰ ਸੋਚ ਦੇ ਅਦਾਰੇ ਦੀ ਤਸਵੀਰ ਸਾਡੇ ਜ਼ਿਹਨ 'ਚ ਆਉਂਦੀ ਹੈ ਕਿ ਜੋ ਦਾ ਟ੍ਰਿਬਿਊਨ ਗਰੁੱਪ ਦੇ ਵਿੱਚ ਇੰਗਲਿਸ਼ ਟ੍ਰਿਬਿਊਨ, ਹਿੰਦੀ ਟ੍ਰਿਬਿਊਨ, ਪੰਜਾਬੀ ਟ੍ਰਿਬਿਊਨ ਦੇ ਛਾਪਿਆ, ਇਹ ਬਿਲਕੁਲ ਸੱਚ ਦੀ ਗੱਲ ਆ। ਇਸ ਦੀ ਇੱਕ ਵਿਸ਼ੇਸ਼ ਮਿਸਾਲ ਆ, ਆਪਾਂ ਸਾਰੇ ਜਾਣਦੇ ਹਾਂ ਕਿ ਪਿਛਲੇ ਸਮੇਂ ਦੇ ਵਿੱਚ ਹਰਿਆਣੇ ਦੇ ਵਿੱਚ ਬਹੁਤ ਵੱਡਾ ਕਤਲੇਆਮ ਹੋਇਆ, ਬਹੁਤ ਵੱਡਾ ਨੁਕਸਾਨ ਹੋਇਆ, ਜਿਸ ਦੇ ਵਿੱਚ ਵਿਦੇਸ਼ ਤੋਂ ਗਏ ਲੋਕ ਵੀ ਬਹੁਤ ਪ੍ਰਭਾਵਿਤ ਹੋਏ, ਜਿਸ ਦੇ ਵਿੱਚ ਮੂਰਤਾਂ ਦੇ ਵਿੱਚ ਬਹੁਤ ਘਿਨੌਣੀਆਂ ਕਾਰਵਾਈਆਂ ਹੋਈਆਂ। ਡਾਕਟਰ ਹਰੀਸ਼ ਖਰੇ ਜਿਸ ਅਖਬਾਰ ਦੇ, ਜਿਸ ਗਰੁੱਪ ਦੇ ਐਡੀਟਰ ਇਨ ਚੀਫ ਨੇ, ਦਾ ਟ੍ਰਿਬਿਊਨ ਗਰੁੱਪ ਦੇ ਹਵਾਲੇ ਦੇ ਨਾਲ ਹਾਈ ਕੋਰਟ ਆਫ ਹਰਿਆਣਾ ਵੱਲੋਂ ਇੱਕ ਅਹਿਮ ਫੈਸਲਾ ਸੁਣਾਇਆ ਗਿਆ ਕਿ ਜੋ ਟ੍ਰਿਬਿਊਨ ਗਰੁੱਪ ਦੇ ਵਿੱਚ ਗੱਲਬਾਤ ਆ ਗਈ ਹੈ ਇਸ ਨੂੰ ਅਸੀਂ ਸੱਚ ਮੰਨਦੇ ਹਾਂ। ਇੱਥੋਂ ਤੱਕ ਇਹ ਅਦਾਰਾ ਆਪਣੀ ਪਕੜ ਰੱਖਦਾ, ਆਪਣੀ ਪਹਿਚਾਣ ਰੱਖਦਾ ਕਿ ਲੋਕ ਵੀ ਜਿੱਥੇ ਜੁਡੀਸ਼ਰੀ ਇਸ 'ਤੇ ਮਾਣ ਕਰ ਰਹੀ ਆ, ਵਿਸ਼ਵਾਸ ਕਰ ਰਹੀ ਆ, ਇਸੇ ਹੀ ਤਰੀਕੇ ਦੇ ਨਾਲ ਦੁਨੀਆ ਦੇ ਜਿਸ ਵੀ ਕੋਨੇ 'ਚ ਲੋਕ ਬੈਠੇ ਨੇ ਉਹ ਟ੍ਰਿਬਿਊਨ ਦੇ ਵਿੱਚ ਜੋ ਖਬਰ ਆਉਂਦੀ ਆ ਉਹਦਾ ਜ਼ਿਕਰ ਕਰਦੇ ਆ ਕਿ ਇਹਦੇ ਅਖਬਾਰ ਇਹ ਖਬਰ ਜਿਹੜੀ ਟ੍ਰਿਬਿਊਨ 'ਚ ਛਪੀ ਆ ਇਸ ਕਰਕੇ ਇਹ ਸਾਜੀ ਆ। ਸਾਨੂੰ ਅੱਜ ਬਹੁਤ ਮਾਣ ਆ ਕਿ ਐਡਮਿੰਟਨ ਵਾਸੀਆਂ ਨੂੰ ਸੰਬੋਧਨ ਕਰਨ ਵਾਸਤੇ ਪੰਜਾਬ ਦੇ ਵਿੱਚ, ਕਿਉਂਕਿ ਅੱਜ ਕੱਲ੍ਹ ਆਪਾਂ ਭਾਵੇਂ ਇੱਥੇ ਬੈਠੇ ਹਾਂ ਬਟ ਆਪਣੇ ਸਾਰਿਆਂ ਦਾ ਧਿਆਨ ਪੰਜਾਬ ਦੀ ਰਾਜਨੀਤੀ ਉੱਤੇ ਲੱਗਾ ਕਿ ਇਲੈਕਸ਼ਨ ਆਉਣ ਵਾਲੀਆਂ ਨੇ, ਕਿਹੜੀ ਪਾਰਟੀ ਕੀ ਪਰਫੋਰਮ ਕਰ ਰਹੀ ਆ, ਹਰ ਨਵੇਂ ਦਿਨ ਸਮੀਕਰਨ ਬਦਲ ਰਹੇ ਨੇ, ਉਹਨਾਂ ਹਾਲਾਤਾਂ ਨੂੰ ਜਾਣਨ ਵਾਸਤੇ, ਹਿੰਦੁਸਤਾਨ ਦੇ ਪੋਲੀਟੀਕਲ ਸਿਸਟਮ ਦੇ ਬਾਰੇ ਜਾਣਕਾਰੀ ਲੈਣ ਵਾਸਤੇ ਸਾਡੇ ਕੋਲ ਵਿਸ਼ੇਸ਼ ਤੌਰ 'ਤੇ ਡਾਕਟਰ ਹਰੀਸ਼ ਖਰੇ ਜੀ ਪਹੁੰਚੇ ਨੇ। ਮੈਂ ਉਹਨਾਂ ਨੂੰ ਬੇਨਤੀ ਕਰਨ ਤੋਂ ਪਹਿਲਾਂ ਜੋ ਸਾਡੇ ਅੱਜ ਮਹਿਮਾਨ ਇਸ ਪ੍ਰੋਗਰਾਮ ਵਿੱਚ ਪਹੁੰਚੇ ਨੇ ਡਿਗਨਟਰੀ, ਉਹਦੇ ਵਿੱਚ ਸਰਦਾਰ ਅਮਰਜੀਤ ਸਿੰਘ ਸੋਹੀ,
ਕੈਨੇਡਾ ਦੇ ਫੈਡਰਲ ਮਿਨਿਸਟਰ, ਮਿਨਿਸਟਰ ਆਫ ਇਨਫਰਾਸਟ੍ਰਕਚਰ, ਅਸੀਂ ਉਹਨਾਂ ਨੂੰ ਜੀ ਆਖਦੇ ਹਾਂ, ਪਲੀਜ਼ ਜ਼ੋਰਦਾਰ ਤਾੜੀਆਂ ਅਮਰਜੀਤ ਸਿੰਘ ਦੇ ਉਸਦੇ ਨਾਲ ਨਾਲ ਐਮ ਸੀ ਐਮ ਐਲ ਏ ਹਲਕਾ ਤੋਂ ਰੋਡ ਲੋਇਲਾ ਐਮ ਐਲ ਏ ਸਾਹਿਬ ਪਹੁੰਚੇ ਨੇ, ਉਹਨਾਂ ਨੂੰ ਅਸੀਂ ਜੀ ਆਖਦੇ ਹਾਂ, ਪਲੀਜ਼ ਹੈਲਪ ਯੂ ਵੈਲਕਮ ਟੂ ਸੁਖਵਾਲ ਗੌਰ। ਸਾਡੇ ਵਿਚਕਾਰ ਹਲਕਾ ਮੈਨਿਕ ਤੋਂ ਸਾਬਕਾ ਐਮ ਐਲ ਏ ਸਰਦਾਰ ਪੀਟਰ ਸੰਧੂ ਸਾਹਿਬ ਪਹੁੰਚੇ ਨੇ, ਸੰਧੂ ਸਾਹਿਬ ਜੀ ਆਏ। ਸਾਬਕਾ ਐਮ ਐਲ ਏ ਮਾਨਯੋਗ ਭਾਰਤ ਅਗਨੀਹੋਤਰੀ ਸਾਹਿਬ ਪਹੁੰਚੇ ਨੇ, ਪਲੀਜ਼ ਜ਼ੋਰਦਾਰ ਤਾੜੀਆਂ ਭਾਰਤ ਅਗਨੀਹੋਤਰੀ ਸਾਹਿਬ ਦਾ। ਥੈਂਕ ਯੂ ਵੈਰੀ ਮਚ ਸਰ। ਇਸਦੇ ਨਾਲ ਨਾਲ ਹਲਕਾ ਐਡਮਿਨਿਸਟ੍ਰੇਸ਼ਨ ਤੋਂ ਸਾਬਕਾ ਐਮ ਐਲ ਏ ਅਤੇ ਮਿਨਿਸਟਰ ਸ਼੍ਰੀ ਨਰੇਸ਼ ਭਾਰਦਵਾਜ ਪਹੁੰਚੇ ਨੇ, ਭਾਰਤ ਸਾਹਿਬ ਨਿੱਘਾ ਸਵਾਗਤ ਹੈ, ਜ਼ੋਰਦਾਰ ਤਾੜੀਆਂ ਭਾਰਤ ਸਾਹਿਬ ਦਾ। ਹੁਣ ਅਸੀਂ ਤੁਹਾਡੇ ਵਿਚਕਾਰ ਬਹੁਤਾ ਸਮਾਂ ਨਹੀਂ ਰਹਿਣਾ, ਭਾਵੇਂ ਕਿ ਜੋ ਪੰਜਾਬੀ ਮੀਡੀਆ ਐਸੋਸੀਏਸ਼ਨ ਦੇ ਪ੍ਰਧਾਨ ਨੇ ਸਰਦਾਰ ਗੁਰਚਰਨ ਸਿੰਘ ਗੁੱਟਰ, ਮੀਤ ਪ੍ਰਧਾਨ ਸਰਦਾਰ ਕਮੀਤ ਸਿੰਘ ਸੰਘਾ, ਸਾਡੇ ਸਰਪ੍ਰਸਤ ਡਾਕਟਰ ਪੀ ਆਰ ਕਾਲੀਆ ਅਤੇ ਵੱਖ ਵੱਖ ਮੈਂਬਰ ਸਾਹਿਬ ਮੈਂਬਰ ਸਾਹਿਬਾਨ ਸਾਰੇ ਇੱਥੇ ਗੁੱਟ ਪਹੁੰਚੇ ਨੇ, ਅਸੀਂ ਆਪਾਂ ਇੱਕ ਦੂਜੇ ਨਾਲ ਗੱਲਾਂ ਬਾਤਾਂ ਕਰਦੇ ਰਹਿੰਦੇ ਹਾਂ, ਸਾਡੀ ਸੋਚ ਤੁਸੀਂ ਅਖਬਾਰਾਂ ਰਾਹੀਂ ਟੀ ਵੀ ਰਾਹੀਂ ਸੁਣਦੇ ਰਹਿੰਦੇ ਜੇ, ਪੜ੍ਹਦੇ ਰਹਿੰਦੇ ਜੇ, ਬਟ ਅੱਜ ਜੋ ਸਾਡੇ ਵਿਸ਼ੇਸ਼ ਮਹਿਮਾਨ ਆਏ ਨੇ ਆਪਾਂ ਉਹਨਾਂ ਤੋਂ ਸੁਣਨਾ। ਡਾਕਟਰ ਸਾਹਿਬ ਆਪਣੇ ਵਿਸ਼ੇ ਦੇ ਉੱਤੇ ਲੰਮਾ ਸਮਾਂ ਤੁਹਾਡੇ ਨਾਲ ਵਿਚਾਰ ਸਾਂਝੇ ਕਰਨਗੇ, ਉਸ ਤੋਂ ਬਾਅਦ ਕੁਐਸਚਨ ਆਨਸਰ ਦਾ ਪੀਰੀਅਡ ਸ਼ੁਰੂ ਕੀਤਾ ਜਾਏਗਾ। ਤੁਸੀਂ ਖੁੱਲ੍ਹ ਕੇ ਡਾਕਟਰ ਸਾਹਿਬ ਦੇ ਨਾਲ, ਡਾਕਟਰ ਹਰੀਸ਼ ਘਰ ਦੇ ਨਾਲ ਆਪਣੇ ਸਵਾਲ ਕਰ ਸਕਦੇ ਹਾਂ, ਬਟ ਸਵਾਲ ਇੱਕ ਸੀਮਤ ਵਿੱਚ ਹੋਣਗੇ। ਉਸ ਬਾਰੇ ਇਹ ਸੈਸ਼ਨ ਕੰਡਕਟ ਕਰਨਗੇ ਸਾਡੇ ਵਾਈਸ ਪ੍ਰੈਜ਼ੀਡੈਂਟ ਡਾਕਟਰ ਸਰਦਾਰ ਕਮੀਤ ਸਿੰਘ ਸੰਘਾ। ਹੁਣ ਮੈਂ ਬੇਨਤੀ ਕਰਾਂਗਾ ਦ ਟ੍ਰਿਬਿਊਨ ਗਰੁੱਪ ਦੇ ਐਡੀਟਰ ਇਨ ਚੀਫ, ਸਾਡੇ ਮੁੱਖ ਮਹਿਮਾਨ ਤੁਹਾਡੇ ਜ਼ੋਰਦਾਰ ਤਾੜੀਆਂ ਵਿੱਚ ਡਾਕਟਰ ਹਰੀਸ਼ ਘਰੇ ਨੂੰ ਜਾ ਕੇ ਤੁਹਾਨੂੰ ਸੰਬੋਧਨ ਕਰਨ ਹਰੀਸ਼ ਘਰੇ। लेकिन मेरी बदकिस्मती यह है कि मैं पंजाबी नहीं बोल पाता, तो माफ़ी चाहूँगा कि मैं आप लोगों से कि हिंदी में अपनी बात कहने की कोशिश करूँ। और तो मुझसे कहा गया कि आजकल के हिंदुस्तान में हालात क्या हैं, उनके बारे में मैं अपनी कुछ ख्याल रखूं। तो मुझको एक फैज़ अहमद फैज़ का एक शेर अभी कुछ दिन पहले पढ़ने को मिला, तो फैज़ साहब ने लिखा था,
बोल के लब आजाद है तेरे, बोल के लब आजाद है तेरे, बोल की जुबान अब तक है तेरी। तो मैं आप में से शायद कुछ लोगों को मेरी बात कड़वी लगे, कुछ लोगों को मेरी बात ज़्यादा ही क्रिटिकल लगे, तो उसके लिए मैं माफ़ी चाहूँगा। लेकिन मेरा अपना ये मानना है कि हिंदुस्तान एक ऐसे नाजुक दौर पे है, कुछ बातें साफ तौर पे करनी चाहिए और कुछ साफ बातें सुननी भी चाहिए। तो आज गांधी जयंती है जनाब, तो सवाल एक बहुत अहम सवाल ये हो जाता है कि हम लोग याद रखें कि भाई गांधी बच गए, गांधी को गोली क्यों मारी, किसने मारी, क्या आइडियाज थे, क्या ऑर्गेनाइजेशन थी, कौन लोग थे जिन्होंने गांधी को गोली मारी। तो ये क्योंकि हम गांधी जयंती पर बोल रहे हैं इसलिए मैं ये बात रखना चाहता हूँ और फिर मैं अपनी टॉक के आखिर में इस प्रश्न पे दोबारा आऊँगा। आज अगर जो हालात हैं देश में, तो उनको समझने के लिए मैं समझता हूँ कि हम ये समझे कि 2014 में क्या हुआ, जब चुनाव हुए, एक नई सरकार बनी, वो सरकार क्या रिप्रेजेंट करती है, कौन सी फोर्सेस और आइडियाज को, तो इसको हम एक कंपैरिजन अगर करें, उससे पहले 10 साल एक सरकार थी डॉक्टर मनमोहन सिंह की, मुझे ध्यान है 2005 में मैं जर्मनी में एक लेक्चर में बुलाया गया था और एक साल हो गया था उस वक्त यूपी की सरकार को, तब मुझसे पूछा गया था कि नई बात क्या हुई है, तो मुझे ध्यान है कि मैंने उस वक्त मेरी फॉर्मुलेशन थी कि 2004 से पहले हिंदुस्तान में जो हुकूमत थी वो पॉलिटिक्स ऑफ एंजाइटी करती थी, पॉलिटिक्स ऑफ एंजाइटी से मतलब मेरा था कि हर आदमी को, हर हिस्से को, हर प्रांत को, हर नागरिक को किसी न किसी बात पे उलझा के रखा जाए, थोड़ा सा उलझा के रखा जाए कि वो हो जाएगा
ये हो जाएगा, भाई भाई को शक की नजर से देखने लगा। एक साल के अंदर 2005 की मैं बात कर रहा था कि कंट्री वॉज रिलैक्स्ड, इंडिया वॉज एट पीस विद इटसेल्फ, और 2005 में हिंदुस्तान में बहुत ही अजीबोगरीब बात हुई थी, हिस्टोरिक बात हुई थी। पहली दफा 1947 के बाद से एक सिख बिकेम द चीफ ऑफ इंडियन आर्मी। वो एक बड़ी सिंबॉलिक बात थी कि हिंदुस्तान में वो एक सिख प्राइम मिनिस्टर बनने से भी ज्यादा बड़ी बात थी, और वो जो एक नई दौर शुरू हुआ था कि पॉलिटिक्स ऑफ रिलैक्सेशन, कि हम सब लोग मिल बैठ के आपस में अपनी समस्याएं सुलझा सकते हैं, खून खराबे से कोई फायदा नहीं है। तो वो दौर चला, 2014 में आके वो दौर खत्म हुआ और देश में हिंदुस्तान में एक जो 2004 में अगर वाजपेयी और अडवाणी की जो हुकूमत थी, अगर उनके बारे में हम कहें कि वो पॉलिटिक्स में एंग्जाइटी करते थे, तो इस वक्त जो नरेंद्र मोदी बीजेपी आरएसएस की सरकार है वो पॉलिटिक्स ऑफ एंगर। मुल्क को एक हमेशा परपेचुअली किसी न किसी बात पे गुस्सा रखना है, गुस्सा। तो हम अगर पिछले साल देखें, पिछले एक साल में क्या हुआ, JNU का वारदात हुआ, यूनिवर्सिटी ऑफ हैदराबाद की वारदात हुई, सडनली दलित जितने समाज के लोग थे, यंगर जनरेशन को, और कहा गया कि हम बताएंगे कि आप दलित हैं कि नहीं है। मेजॉरिटी कम्युनिटी एक पॉलिटिक्स ऑफ मेजोरिटीजम जो हुई वो गुस्से में, और जो उनसे बात डिफर करे, 1% भी बात डिफर करे, 2% भी डिफर करे, उस पॉलिटिक्स उसको हम उसके खिलाफ आर्गुमेंट डायलॉग नहीं, गुस्सा एंगर इंटॉलरेंस, एक तरह का मुल्क में उन्माद था। अब टेलीविजन के सामने बैठिए तो यही लगता है, पूरी हमारा एक जो टेलीविजन का कल्चर है वो उसके साथ साथ बढ़ता गया। कन्फ्रंटेशन, हम आज किसके साथ कन्फ्रंट करेंगे, और
आपको बताना पड़ेगा कि आप देशभक्त हैं। अगर आप और हम डिटरमिन करेंगे कि आप देशभक्त हैं कि नहीं। तो देशभक्त अगर आप नहीं हैं, हमारी कसौटी पे आप नहीं खड़े उतरेंगे, तो आप देशभक्त नहीं हैं। हमारा हक है कि हम आपकी किसी न किसी तरीके से कोर्स करें, आपको अपनी औकात बताएं। ये एक पॉलिटिक्स ऑफ एंगर पिछले 16-17-18 महीने से हमारे देश में से चल रही है। तो हैदराबाद का इंसिडेंट हुआ, चाहे JNU का इंसिडेंट हुआ, वो सब में पीछे एक डिमांड की गई कि हमारे कहने से आप अपने आप को डिफाइन करेंगे। जब 2014 के चुनाव हुए, उसके 3-4 दिन बाद एक VSP के बहुत बड़े नेता, उनका देहांत हो गया, अशोक सिंदल, ने कहा था कि इस वक्त एक वी नाउ हैव ए हिंदू रेवोल्यूशन इन इंडिया, हिंदू राजधानी है। तो मुल्क को हमने डिवाइड कर दिया, जैसा कि बताया गया फरवरी में, जनवरी फरवरी के महीने में हरियाणा जैसे शांतिपूर्वक जन में जाट आंदोलन हुआ, जाट नॉन जाट से लड़ा। ऐसा उस वक्त जो हरियाणा में हुआ, और हरियाणा, ये बात ध्यान रखने की बात है, इस वक्त पहली दफा एक मुख्यमंत्री बना है जो प्रैक्टिसिंग स्वयं सेवक है। उसको ये कहने में बिल्कुल भी झिझक नहीं होती कि मैं राष्ट्रीय स्वयं सेवक का संघ का सदस्य हूं। तो एक कहा गया, एक नई पॉलिटिक्स हुई कि आपकी कॉम्पिटेंस की कोई जरूरत नहीं है, आपके अनुभव की कोई जरूरत नहीं है, आपकी एथिक्स की कोई जरूरत नहीं है, ऑल दैट वी वांट यू, आप देशभक्त हैं। आप देशभक्त हैं तो आप अच्छे टीचर हैं, आप देशभक्त हैं तो अच्छे फौजी हैं, आप देशभक्त हैं तो अच्छे कमांडो हैं, आप देशभक्त हैं तो आप ऑटोमेटिकली अच्छे इंजीनियर बन गए, आप और अच्छे शासक तो ही आप, क्योंकि आप देशभक्त हैं। और देशभक्त कौन है? जो RSS के साथ जुड़ा हुआ है। तो एक आपस में जब ये गुस्सा आया, गुस्से की पॉलिटिक्स हुई, एंगर की पॉलिटिक्स हुई, तो लोग गुस्से हुए। अब आपस में जाट नॉन जाट से लड़ने लगा, आजकल मराठा नॉन मराठा से लड़ रहे हैं, गुजरात में पाटीदार्स का इतना बड़ा एजिटेशन चल रहा है। तो एक हमारे देश में हमको एक सप्ताह ऐसा कोई नहीं जाता
जिसमें हमें सेंस ऑफ हार्मनी हो, सेंस ऑफ कामनेस हो, भाईचारा हो, कहीं ना कहीं कोई ना कोई किसी ना किसी से झगड़ा कर रहा है। और सबसे ज्यादा झगड़ा हम कर रहे हैं कभी वायलेंट तरीके से, कभी कौसाई वायलेंट तरीके से, कभी पीसफुल कोर्सिव तरीके से। सबसे ज्यादा वायलेंस हम जो हमारी माइनॉरिटी कम्युनिटी है, जो सबसे बड़ी माइनॉरिटी कम्युनिटी है, मुस्लिम से ज्यादा हो रहा है। धीरे 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 जो स्पेस जिसको कहते हैं, जो मुस्लिम समझते थे कि उनके लिए हिंदुस्तान में एक स्पेस है, वो स्पेस धीरे धीरे हम कम करते जा रहे हैं। और ये नहीं कि सडनली जो मुसलमान है वो कोई वो दूसरा मुसलमान हो गया है, बट माई पॉलिटिक्स डिमांड्स, जो रूलिंग एस्टेब्लिशमेंट है उसकी पॉलिटिक्स ये डिमांड करती है कि मुसलमान को उसकी औकात बताई जाए। तो एक ये, और इसका सबसे बड़ा जो एक देश और विदेश में जो जो एक इंसिडेंट एपिटमाइज किया, जब मोहम्मद अखलाक के घर पे अटैक किया गया और सिर्फ ये कह कि उसके उसके घर पे शायद बीफ हो, बीफ खाता है, गौरक्षक आप अगर गौरक्षक हैं तो आपको ये पूरा हक बन जाता है कि आप सड़क पे उतरें, कानून अपने हाथ में लें, आपके हाथ में जो भी है तो आप औजार इस्तेमाल कर सकते हैं गौ के नाम पे, टेक लिबर्टी विद लॉ एंड ऑर्डर पॉसिबल। और अब वो एक साल पहले की वारदात है, और लेकिन अब ट्रेजेडी पे ट्रेजेडी ये देखिए कि अब ये दिखाने की कोशिश की जा रही है कि उसके घर वाकई गौ मास था और कोई लोअर लेवल मजिस्ट्रेट ने उसकी फैमिली के खिलाफ कार्रवाई शुरू कर दी। तो मेरे कहने का मतलब ये कि अगर आप हिंदुस्तान में इस वक्त मुसलमान हैं तो एक कान भी वेरी हैप्पी एग्जिस्टेंस, आपको लगेगा कि भाई थोड़ी संभल के चले, मैं अपने घर से निकलूंगा तो जो हमेशा एक जो आज से कुछ साल पहले तक एक सेंस ऑफ जो माइनॉरिटीज को एश्योरेंस होनी चाहिए किसी भी अच्छे मल्टीलिंगुअल समाज में कि मेरी अपनी पहचान, मेरे अपने तौर तरीके, मेरा अपना कल्चर, मेरी अपना रिलीजन, मेरा अपना रहने की शैली, उस सब में मैं जो करता हूँ मेरे को झिझक नहीं होनी चाहिए किसी से, आई नीड नॉट बी अपोलोजेटिक टू एनीवन। तो वो हम वो ख़त्म कर चुके हैं इस प्रति, और ये
जो एक हमारी सोचने का तरीका कि मुसलमान जो है वो देशभक्त नहीं हो सकता या हमसे जैसा देशभक्त नहीं हो सकता, तो ये जो सोच का तरीका था इसका जो फल निकला वो कश्मीर में हमको दिखाई दिया। कश्मीर में पहले भी तकलीफ रही लोगों को, लेकिन इस बार एक मैं अजीब एक तरीके से जिसमें हमको लग रहा है कि जो हमारे शासक वर्ग है, जो हमारे हुक्मरान हैं, उनको पिटाई करने में बड़ा मजा आ रहा है कि इनको उनकी सबक सिखाना चाहिए, और सबक सिखाना ही सबसे जरूरी बात है। उनका दिल जीतने की बात नहीं है, उनके जख्मों पर मलहम लगाने की बात नहीं है, कि उनकी हम उनको उनकी जगह बताई जाए, उनको सबक सिखाया जाए। तो ये